ਕੇਡਾਂਪਰੇ ਸਾਲਸੀ ਅਦਾਲਤ ਸੀਏਐਸ ਨੇ ਇੱਕ ਵਾਰ ਫੇਰ ਵਿਨੀਸ਼ ਫੁਗਾੜਦੀ ਅਯੋਗਤਾ ਸੰਬੰਧੀ ਅਪੀਲ ਤੇ ਆਪਣਾ ਫੈਸਲਾ ਮੁਲਤਵੀ ਕਰ ਦਿੱਤਾ ਹੈ ਫੈਸਲੇ ਦੀ ਨਵੀਂ ਤਾਰੀਖ 16 ਅਗਸਤ ਤੈਅ ਕੀਤੀ ਗਈ ਤੇ ਇਸ ਦਿਨ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਫੈਸਲਾ ਸੁਣਾਇਆ ਜਾਪੇਗਾ ਸੀਏਐਸ ਵੱਲੋਂ ਇਸ ਮਾਮਲੇ ਸੰਬੰਧੀ ਫੈਸਲਾ ਬੀਤੀ ਰਾਤ ਐਲਾਨਿਆ ਜਾਣਾ ਸੀ ਫੁਗਾੜ ਵੱਲੋਂ ਸੋਨ ਤਗਮੇ ਦੇ ਮੁਕਾਬਲੇ ਅਯੋਗਤਾ ਵਿਰੁੱਧ ਸੀਏਐਸ ਨੂੰ ਅਪੀਲ ਕੀਤੀ ਸੀ ਤੇ ਚਾਂਦੀ ਦਾ ਤਗਮਾ ਸਾਂਝੇ ਤੌਰ ਤੇ ਦੇਣ ਦੀ ਬੇਨਤੀ ਕੀਤੀ ਸੀ